ਸ੍ਰਿਸ਼ਟੀ ਮਾਨ ਸਾਨੂੰ ਜ਼ਰੂਰ ਦੱਸੋ ਸ੍ਰਿਸ਼ਟੀ ਮਾਨ ਜੀ ਇਹ ਸੀਨ ਦਾ ਮਤਲਬ ਕੀ ਸੀ ਕਹਿਣ ਵਾਲੇ ਸੀਨ ਦਾ ਸਾਨੂੰ ਸਮਝ ਨਹੀਂ ਲੱਗਿਆ ਐਕਸਪ੍ਰੈਸ਼ਨ ਜਿੱਦਾਂ ਐਕਟ ਕਰਦੇ ਆ ਨੈਕਸਟ ਲੈਵਲ ਕਾਈਂਡ ਹਾਰਟਡ ਤੇ ਗੋਲਡ ਹਾਰਟਡ ਬੰਦੇ ਨਾ ਇੰਡਸਟਰੀ ਦੇ ਵਿੱਚ ਨਹੀਂ ਹੈਗੇ ਸਿੱਧੀ ਗੱਲ ਆ ਬਈ ਆਪਾਂ ਨੂੰ ਕੋਈ ਇਹ ਨਹੀਂ ਹੈਗਾ ਨਾ ਆਪਣੇ ਕੋਈ ਆਟਾ ਪਾ ਕੇ ਜਾਂਦਾ ਨਾ ਕਿਸੇ ਕਰਕੇ ਰੋਟੀ ਚੱਲਦੀ ਹੈ ਹੈਲੋ ਗਾਇਸ ਮੈਂ ਤੁਹਾਡਾ ਆਪਣੇ YouTube ਚੈਨਲ ਤੇ ਜਿਹਦਾ ਨਾਮ ਆ ਰਿਐਕਟ ਹਬ ਕਈ ਨਵੇਂ ਬਣੇ ਵੈਰੀ ਮੂੰਹ ਬੋਲੇ ਯਾਰ ਨੇ ਹਿਮ ਕਿਸ ਦਾ ਤੇ ਕੀਦੀ ਕਦੋਂ ਗੇਮ ਹੋ ਜੂ ਫਾਇਦਾ ਕਿਸ ਦਾ ਤੇ ਹੋਰ ਕੋਈ ਬੋਲੇ ਹੋ ਤੂੰ ਸਿਆ ਦੇਖ ਅੱਖ ਕਿੰਨੀ ਨੇ Guess who's back? योगदान पा सकते हो बाकी जी वीडियो मॉडल नहीं कह सकते कदे तू आप रुस दी है वोकल कैंड भाई कैंड भाई वाकई स्टार्टिंग बहुत सोनी हुई सिद्धि बहुत सोनी वोकल तो सृष्टि मान रिस्पेक्ट रिस्पेक्ट मान गल्ला सुनन च आईया ने कदे तू आप रुस दी है ते कदे मनोदी होवेगी मेरे जान बचो तू यार बुलाउंदी होवेगी एक सच्चे प्यार दे ना ते कॉल खिलाउंदी होवेगी मेरे जान बचों तू यार बुलाउंदी होवेगी एक सच्चे प्यार दे ना ते कॉल खिलाउंदी होवेगी फेस एक्सप्रेशन जिदा एक्ट करते हैं नेक्स्ट लेवल सही गल एक्टिंग बहुत इतना कभी नहीं आया लगता कि भी मॉडलिंग करते पे या एक्टिंग करते पे सारा कुछ नेचुरल लगता सही गल दूसरी चीज सब तो जी मोस्ट इंपोर्टेंट सूट पाया हो बैगी जीन्स पाई हूँ कुछ भी पाया हो हर एक चीज सूट करती है हर एक चीज हर एक गाने च हर एक गाने डिफरेंट ही होंगी जी सीरियसली मैं ਦੇ ਯਾਰ ਸੈਰ ਚੋਕਦਾ ਵਾ ਜਿੰਨੇ ਡਾਊਨ ਟੂ ਅਰਥ ਪਰਸਨ ਨੇ ਸਹੀ ਗੱਲ ਆ ਬਈ ਅੱਜ ਤੱਕ ਨਹੀਂ ਦੇਖਿਆ ਸਭ ਉਜੜਿਆ ਉਜੜਿਆ ਹੈ ਵੋਕਲ ਵੀ ਬਹੁਤ ਸੋਹਣੀਆਂ ਲਿਰਿਕਸ ਵੀ ਬਹੁਤ ਘੈਂਟ ਚੱਲਦੇ ਪਏ ਆ ਵੀਡੀਓ ਦਾ ਕੰਮ ਵੀ ਬਹੁਤ ਸੋਹਣਾ ਕੀਤਾ
ਵੀਡੀਓ ਡਿਟੇਲਿੰਗ ਵੀ ਬਹੁਤ ਘੈਂਟ ਆ, ਸਿੰਕ ਵੀ ਬਹੁਤ ਸੋਹਣੇ ਲਏ ਹੋਏ ਆ, ਤੇ ਬੰਦੇ ਦੇ ਲਿਰਿਕਸ ਨੈਕਸਟ ਲੈਵਲ। ਸਹੀ ਗੱਲ ਆ ਬਾਈ। ਮੇਰੇ ਜਾਣ ਬਚਾਓ ਸ੍ਰਿਸ਼ਟੀ ਮੈਂ ਨੈਗੇਟਿਵ ਰੋਲ ਵੀ ਕੀਤਾ ਤਾਂ ਨੈਕਸਟ ਲੈਵਲ ਪਰਫੈਕਟ ਬਈ ਵਾਕਈ। ਇੱਕ ਚੀਜ਼ ਪ੍ਰੋਪਰ ਔਨ ਪੁਆਇੰਟ ਆ। ਸਹੀ ਗੱਲ ਹੈਗੇ ਕਿ ਦੋ ਰੀਲਾਂ ਚੱਲ ਗਈਆਂ ਤਾਂ ਕਿਸੇ ਨੇ ਅਪਰੋਚ ਕੀਤੀ, ਹਾਰਡ ਵਰਕ ਕਰਕੇ ਮਿਹਨਤ ਕਰਕੇ ਇੱਥੇ ਤੱਕ ਪਹੁੰਚੇ ਆ ਸ੍ਰਿਸ਼ਟੀਮਾਨ। ਪਹਿਲਾਂ ਅਸੀਂ ਕਹਿੰਦੇ ਸੀ ਕਿ ਚਲੋ ਕਹਿੰਦੇ ਨੀਰੂ ਬਾਜਵਾ ਵਾਲੇ ਟਾਈਮ ਚ ਵੀ ਨੀਰੂ ਬਾਜਵਾ ਜਿੱਦਾਂ ਸੀ ਓਦਾਂ ਸ੍ਰਿਸ਼ਟੀਮਾਨ ਆ, ਬਟ ਨਹੀਂ, ਉਦੋਂ ਚੀਜ਼ ਦੇ ਵਿੱਚ ਅਸੀਂ ਆਪਣੇ ਆਪ ਨੂੰ ਗਲਤ ਮੰਨਦੇ ਆ। ਸ੍ਰਿਸ਼ਟੀਮਾਨ ਦਾ ਜੋ ਲੈਵਲ ਹੈ ਨਾ, ਉਹ ਇਹਨਾਂ ਦਾ ਆਪਦਾ ਅਲੱਗ ਹੀ ਲੈਵਲ ਆ, ਕਿਸੇ ਨਾਲ ਕੰਪੇਅਰ ਨਹੀਂ ਕਰ ਸਕਦੇ ਆਪਾਂ ਇਹਨਾਂ ਨੂੰ। ਜੋ ਇਹਨਾਂ ਦੀ ਬਿਊਟੀ ਆ, ਨੈਚੁਰਲ ਬਿਊਟੀ ਆ, ਜਿੱਦਾਂ ਦੇ ਮਤਲਬ ਗਾਣੇ ਕੀਤੇ ਨੇ ਹੁਣ ਤੱਕ ਤੇ ਫਿਲਮਾਂ ਦੇ ਵਿੱਚ ਵੀ ਆ ਰਹੇ ਨੇ, ਹੈ ਨਾ, ਸੋ ਰਿਸਪੈਕਟ ਆ ਮੈਨ, ਇਹਨਾਂ ਨੂੰ ਆਪਾਂ ਕਿਸੇ ਨਾਲ ਕੰਪੇਅਰ ਨਹੀਂ ਕਰ ਸਕਦੇ। ਮੇਨ ਗੱਲ ਆ ਡਾਊਨ ਟੂ ਅਰਥ। ਹਾਂ, ਇਦਾਂ ਦੇ ਕਾਇੰਡ ਹਾਰਟਡ ਤੇ ਗੋਲਡ ਹਾਰਟਡ ਬੰਦੇ ਨਾ ਇੰਡਸਟਰੀ ਦੇ ਵਿੱਚ ਨਹੀਂ ਹੈਗੇ। ਸਿੱਧੀ ਗੱਲ ਆ ਬਈ, ਆਪਾਂ ਨੂੰ ਕੋਈ ਇਹ ਨਹੀਂ ਹੈਗਾ, ਨਾ ਆਪਣੇ ਕੋਈ ਆਟਾ ਪਾ ਕੇ ਜਾਂਦਾ, ਨਾ ਕਿਸੇ ਕਰਕੇ ਰੋਟੀ ਚੱਲਦੀ ਇੰਡਸਟਰੀ ਵਾਲੇ ਕਰਕੇ, ਆਪ ਕਮਾ ਕੇ ਆਪ ਖਾ ਰਹੇ ਆ। ਸਹੀ ਆ, ਜਿਹੜਾ ਬੰਦਾ ਚੰਗਾ ਉਹਨੂੰ ਚੰਗਾ ਹੀ ਕਮਾਂਗੇ। ਹਾਂ, ਮੇਰੇ ਮੂੰਹ ਤੇ ਬਹਿ ਕੇ ਦੱਸ ਜਾ, ਇੰਜ ਨਵੀਂ ਰਾਤ ਨੂੰ ਨਵੇਂ ਤੇ ਰੰਗ ਚੜਾਉਂਦੀ ਹੋਵੇਗੀ। ਮੇਰੇ ਜਾਣ ਪੇਚਕਸ ਮਾਰਿਆ, ਉਹ ਪੇਚਕਸ ਉਹਦੇ ਫਸਿਆ ਹੋਇਆ, ਸਕਰੂ ਡਰਾਈਵਰ ਉਹਦੇ ਫਸਿਆ ਹੋਇਆ ਜਿਹੜਾ ਅਰਮਾਨ ਮਲਿਕ ਦੇ ਆ, ਤੇ ਜੇ ਤਾਂ ਉਹ ਕੱਢ ਕੇ ਮਾਰਿਆ ਹੋਵੇ ਤਾਂ ਉਹ ਵੀ ਨਾ ਹੋਵੇ ਇੱਥੇ। ਜਾਂ ਮੁੰਡੇ ਨੇ ਕੁੜੀ ਦੇ ਮਾਰਿਆ ਤਾਂ ਮੁੰਡਾ ਬਚੇ। ਮੈਂ ਉਹ ਕਹਿ ਰਿਹਾ ਜੇ ਅਰਮਾਨ ਮਲਿਕ ਨੇ ਵੀ ਮਾਰਿਆ ਹੁੰਦਾ ਤਾਂ ਉਹ ਨਿਕਲਿਆ ਹੁੰਦਾ ਅੰਦਰ ਨਾ ਹੁੰਦਾ। ਸਾਨੂੰ ਜ਼ਰੂਰ ਦੱਸਿਓ ਸ੍ਰਿਸ਼ਟੀਮਾਨ ਜੀ, ਇਹ ਸੀਨ ਦਾ ਮਤਲਬ ਕੀ ਸੀ, ਕਹਿਣ ਵਾਲੇ ਸੀਨ ਦਾ ਸਮਝ ਨਹੀਂ ਲੱਗਿਆ। ਬਾਕੀ ਗਾਣਾ ਬਹੁਤ ਸੋਹਣਾ,
ਸਾਨੂੰ ਜਰੂਰ ਦੱਸਿਓ ਲਾਸਟ ਵਾਲੇ ਸੀਨ ਦਾ ਕੀ ਮਤਲਬ ਸਮਝ ਨਹੀਂ ਆਇਆ ਥੋੜੇ ਪਜ਼ਲ ਹੋ ਗਏ ਇਸ ਚੀਜ਼ ਦੇ ਵਿੱਚ ਕਿ ਉਹ ਸੋਚ ਰਿਹਾ ਸੀ ਨਾ ਉਸ ਚੀਜ਼ ਨੂੰ ਪਤਾ ਨਹੀਂ ਤੁਸੀਂ ਦੱਸਿਓ ਬਾਕੀ ਤੁਸੀਂ ਦੱਸਿਓ ਕਿਵੇਂ ਲੱਗੀ ਵੀਡੀਓ ਕਮੈਂਟਾਂ ਦੇ ਵਿੱਚ ਹੈਸ਼ਟੈਗ ਜਰੂਰ ਯੂਜ਼ ਕਰੋ ਤੇ ਟਵਿੱਟਰ ਤੇ ਵੱਧ ਤੋਂ ਵੱਧ ਅਕਾਊਂਟ ਬਣਾਓ ਤੇ ਹੈਸ਼ਟੈਗ ਯੂਜ਼ ਕਰੋ ਵੀ ਵਾਂਟ ਜਸਟਿਸ ਐਂਡ ਜਸਟਿਸ ਫੋਰ ਸਿੱਧੂ ਮੂਸੇਵਾਲਾ ਬਾਕੀ ਚੈਨਲ ਨੂੰ ਸਬਸਕ੍ਰਾਈਬ ਸ਼ੇਅਰ ਲਾਈਕ ਕਮੈਂਟ ਜਰੂਰ ਕਰਿਓ ਪ੍ਰੈਸ ਦੀ ਬੈਲ ਆਈਕਨ ਤੇ ਆਲ ਤੇ ਕਰ ਦਿਓ ਕਲਿੱਕ ਤਾਂ ਜੋ ਵੀਡੀਓ ਤੁਹਾਨੂੰ ਨਾਲ ਨਾਲ ਪਤਾ ਲੱਗ ਸਕੇ ਮਿਲਦੇ ਆ ਅਗਲੀ ਵੀਡੀਓ ਚ ਅਡੀਓਸ ਅਮੀਗੋ